ਹੁਣ ਇਹ ਜਿਹੜੀ ਗੱਲ ਹੈ ਇਹ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਵੀ ਆਖਿਆ ਵੀ ਜੇ ਤੇ ਅਮਰਤਪਾਲ ਸਿੰਘ ਬਾਹਰ ਗ੍ਰਿਫਤ ਤੋਂ ਬਾਹਰ ਉਹ ਆਪਣੇ ਆਪ ਨੂੰ ਗ੍ਰਿਫਤਾਰੀ ਦੇਵੇ ਪੁਲਿਸ ਦੇ ਸਾਹਮਣੇ ਪੇਸ਼ ਹੋਵੇ ਤਾਂ ਜੋ ਸਾਨੂੰ ਪਤਾ ਲੱਗੇ ਵੀ ਉਹ ਪੁਲਿਸ ਦੇ ਕੋਲ ਹੈ ਤੇ ਸਾਰਾ মিডিਆ ਨੂੰ ਭਗੌੜਾ ਭਗੌੜਾ ਕਹਿ ਰਿਹਾ ਤਰਾਂ ਤਰਾਂ ਦੀਆਂ ਫੋਟੋਆਂ ਵੀਡੀਓ ਆ ਰਹੀਆਂ ਸਨ ਪਿਛਲੇ ਸਮੇਂ ਦੇ ਵਿੱਚ ਅਮਰਤਪਾਲ ਸਿੰਘ ਦੀ ਵੀਡੀਓ ਤੇ ਗਿਆਨੀ ਗੁਰਪ੍ਰੀਤ ਸਿੰਘ ਨੇ ਕੁਝ ਬੜੀਆਂ ਕੌੜੀਆਂ ਖਰੀਆਂ ਤੇ ਸੱਚੀਆਂ ਗੱਲਾਂ ਕੀਤੀਆਂ ਮੈਂ ਜਿਹੜੀਆਂ ਇੱਕ ਲੋਕਾਂ ਨੂੰ ਬੜੀਆਂ ਚੁੱਭਣਗੀਆਂ ਤੇ ਬਹੁਤ ਜ਼ਿਆਦਾ ਬੁਰੀਆਂ ਲੱਗਣਗੀਆਂ ਲੇਕਿਨ ਇਹ ਗੱਲਾਂ ਸੱਚ ਐ ਪਹਿਲੇ ਚੱਲ ਕੇ ਸੀ ਵੀਡੀਓ ਦੇਖਣੇ ਆ ਤੇ ਇਸ ਦੇ ਬਾਰੇ ਜਾਣਨੇ ਆ ਜਿਹਨਾਂ ਨੂੰ ਝੂਠ ਪਸੰਦ ਹੈ ਉਹ ਵੀਡੀਓ ਨਾ ਵੇਖਣਾਂ ਤੇ ਲੱਗਦਾ ਵੀ ਆ ਵੀ ਜਿਹੜੇ ਝੂਠ ਸੁਣ ਦੀ ਆਦਤ ਜਿੰਨਾਂ ਨੂੰ ਪੈ ਗਈ ਏ ਉਹ ਪੂਰੀ ਵੀਡੀਓ ਨਹੀਂ ਵੇਖਣਗੇ ਤੇ ਨਾ ਹੀ ਉਹਨਾਂ ਦੇ ਖਾਨੇ ਵਿੱਚ ਗੱਲਾਂ ਪੈਣੀਆਂ ਨੇ ਕੱਲਾ ਅਮਰਤਪਾਲ ਨੂੰ ਵੇਖ ਲੈਣਾ ਵੀਡੀਓ ਵਿੱਚ ਜਵਾਬ ਨਹੀਂ ਹੈ ਉਹਦੇ ਕਈਆਂ ਹੋਈਆਂ ਗੱਲਾਂ ਦੇ ਬਾਰੇ ਵੀ ਧਿਆਨ ਦੇਣ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਚੱਲ ਰਿਹਾ ਹੈ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਦਾਸ ਨੂੰ ਵੀ ਬਹੁਤ ਸਾਰੀਆਂ ਸੰਗਤਾਂ ਨੇ ਹੋਰ ਸੱਜਣਾ ਨੇ ਵੀ ਆਖਿਆ ਸੀ ਵੀ ਤੁਸੀਂ ਵੀ ਕੁਝ ਬੋਲੋ ਚੁੱਪ ਕਿਉਂ ਹੋ ਇਸ ਮਸਲੇ ਦੇ ਉੱਤੇ ਮੈਂ ਬੇਨਤੀ ਕਰਦਿਆਂ ਵੀ ਜਿਹੜੇ ਪ੍ਰਚਾਰਕ ਆਪਣੀਆਂ ਸਟੇਜਾਂ ਬਚਾਉਣਾ ਚਾਹੁੰਦੇ ਸਨ ਜਾਂ ਜਿਹੜੇ ਗੁੰਗਲਵਾਂ ਤੋਂ ਮਿੱਟੀ ਝਾੜ ਕੇ ਥੋੜਾ ਜਿਹਾ ਬਿਆਨ ਦੇ ਕੇ ਚੰਗੇ ਬਣਨਾ ਚਾਹੁੰਦੇ ਨੇ ਉਹ ਬਣ ਗਏ ਨੇ ਵੀ ਥੋੜਾ ਜਿਹਾ ਹਮੈਤੀ ਦੇ ਵਿੱਚ ਵੀਡੀਓ ਪਾ ਦਿਓ ਜ ਜ ਚੰਗਾ ਚੰਗਾ ਕਹਿ ਕੇ ਪਾਸੇ ਹੋ ਜਾਣਾ ਦਿਲੋਂ ਹੋਰ ਤੇ ਮੂੰਹ ਦੇ ਵਿੱਚੋਂ ਹੋਰ ਹੋਣਾ ਇਹ ਦਾਸ ਦੇ ਸੁਭਾਅ ਦੇ ਵਿੱਚ ਨਹੀਂ ਹੈ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਗੱਲ ਉਹੀ ਕਰਨੀ ਚਾਹੀਦੀ ਏ ਜਿਹੜੀ ਸਹੀ ਤੇ ਸੱਚੀ ਹੋਵੇ ਜਿਹਦੇ ਬਾਰੇ ਪਤਾ ਨਾ ਹੋਵੇ ਉਹ ਗੱਲ ਕਦੇ ਵੀ ਕਹਿਣੀ ਨਹੀਂ ਚਾਹੀਦੀ ਵੀ ਇਦਾਂ ਕਰਦੇ ਆਂਗੇ ਹਕੂਮਤ ਨੂੰ ਸਮਝ ਲੈਣਾ ਚਾਹੀਦਾ ਹੈ ਭੱਜਦਿਆਂ ਨੂੰ ਵਾਣੇ ਕੋ ਜਏ ਨੇ ਇਹਨਾਂ ਨੂੰ ਹੱਥ ਨਹੀਂ ਲੱਗੇ ਅਜੇ ਜਾਂ ਹੋਰ ਹੀ ਗੱਲਾਂ ਜਿਹੜੀਆਂ ਆਪਾਂ ਕਰਦੇ ਸਾਂ ਵੀ ਅੱਖਾਂ ਚੱਖਾਂ ਪਾ ਕੇ ਮੈਂ ਭੱਜਣਾ ਨਹੀਂ ਮੈਂ ਗ੍ਰਿਫਤਾਰੀ ਦੇਣੀ ਹੈ ਕਿਉਂਕਿ ਇਹ ਸੱਚਾਈ ਹੈ ਚਾਹੇ ਕੋਈ ਗੁੱਸਾ ਕਰੇ ਚਾਹੇ ਗਿਲਾ ਕਰੇ ਚਾਹੇ ਕੋਈ ਸਹਿਮਤ ਹੋਵੇ ਜਾਂ ਨਾ ਹੋਵੇ ਆਪਣਾ ਪੱਖ ਰੱਖਣਾ ਮੈਂ ਆਪਣਾ ਫਰਜ਼ ਸਮਝਦਿਆਂ ਹਾਂ ਤੁਹਾ ਨੂੰ ਸਿੱਖ ਸੰਗਤਾਂ ਨੂੰ ਸੁਚੇਤ ਕਰਨ ਵਾਸਤੇ ਵੀਡੀਓ ਪਾ ਰਿਹਾ ਹਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਅਮਰਤਪਾਲ ਸਿੰਘ ਦੀ ਨਵੀਂ ਵੀਡੀਓ ਜਿਹੜੀ ਕੱਲ ਹੀ ਆਈ ਏ ਬਹੁਤ ਵਾਇਰਲ ਹੋਈ ਏ ਤਕਰੀਬਨ ਸਾਰਿਆਂ ਨੇ ਵੇਖ ਲਈ ਏ ਉਹਦੇ ਵਿੱਚ ਚਾਰ ਪੰਜ ਗੱਲਾਂ ਨੇ ਮੁੱਖ ਜਿਨ੍ਹਾਂ ਦੇ ਬਾਰੇ ਆਪਾਂ ਗੱਲਾਂ ਕਰਨੀਆਂ ਨੇ ਉਹਦੀ ਪ੍ਰਚੋਲ ਕਰਨੀ ਏ ਉਹਦੇ ਬਾਰੇ ਸਮਝਣਾ ਹੈ ਕਿ ਇਹ ਗੱਲ ਹੈ ਕੀ ਏ ਜੇ ਇਹਨਾਂ ਗੱਲਾਂ ਨੂੰ ਸਮਝਣ ਦਾ ਮਾਧਾ ਸਾਡੇ ਵਿੱਚ ਨਹੀਂ ਸਾਡਾ ਦਿਮਾਗ ਇਹਨਾਂ ਗੱਲਾਂ ਨੂੰ ਸਮਝਣ ਦਾ ਯਤਨ ਨਹੀਂ ਕਰਦਾ ਜਾਂ ਸਮਝਣਾ ਨਹੀਂ ਚਾਹੁੰਦੇ। ਬਸ ਲੜਾ ਲੜਾ ਕਰਨੀ ਹੈ, ਇਧਰ-ਉਧਰ ਜੰਦਾਬਾਦ ਮੁਰਦਾਬਾਦ ਕਰਨਾ ਹੈ। ਜਾਇ ਸੁਭਾਅ ਬਣ ਗਿਆ ਵੀ ਚਿੜੀਓ ਜਿਉ ਪਾਓ ਤੇ ਚਿੜੀਓ ਮਰਜੋ। ਇਹ ਸਾਡਾ ਸੁਭਾਅ ਏ। ਤਾਂ ਇਹ ਨਤੀਜੇ ਜਿਹੜੇ ਨੇ ਸਾਡੇ ਸਾਹਮਣੇ ਆਏ ਨੇ ਤੇ ਹੁਣ ਇਕੱਠੇ ਬਹਿ ਕੇ ਰੋ ਰਹੇ ਹੋ, ਇਹ ਤੁਹਾਡੇ ਆਪਣੇ ਕੀਤੇ ਹੋਏ ਪਗਤਾਨ ਹੀ। ਤੁਹਾਡੇ ਕੀਤੀਆਂ ਹੋਈਆਂ ਗਲਤੀਆਂ ਤੁਹਾਡੇ ਅੱਗੇ ਆਈਆਂ ਨੇ। ਕੁਝ ਮਹੀਨੇ ਪਹਿਲਾਂ ਜਿਹੜੀ ਵੀਡੀਓ ਪਾਈ ਸੀ ਉਹ ਅੱਜ ਵੀ ਹੈ। ਜਿਹੜੀਆਂ ਬੇਨਤੀਆਂ ਉਹਦੇ ਵਿੱਚ ਕੀਤੀਆਂ ਸਨ ਉਹਨਾਂ ਦਾ ਬਹੁਤੇ ਭਰਾਵਾਂ ਨੇ ਗੁੱਸਾ ਕੀਤਾ ਸੀ ਤੇ ਅੱਜ ਉਹ ਹੀ ਆਖਦੇ ਨੇ ਕਿ ਉਹ ਗੱਲਾਂ ਸਹੀ ਨੇ ਤੇ ਸਾਨੂੰ ਉਦਾਂ ਹੀ ਚੱਲਣਾ ਚਾਹੀਦਾ ਏ ਸੋ ਰੋਹ ਵਿਚਾਰ ਕੋਈ ਸਪਸ਼ਟੀਕਰਨ ਨਹੀਂ ਹੈ ਲੋਕਾਂ ਦੇ ਮਨਾਂ ਵਿੱਚ ਬਹੁਤ ਸਾਰੇ ਸਵਾਲ ਸਨ ਅਮਰਤਪਾਲ ਦੀ ਕੱਲ ਜਿਹੜੀ ਨਵੀਂ ਵੀਡੀਓ ਆਈ ਏ ਉਹਨੇ ਬਹੁਤ ਸਵਾਲਾਂ ਦੇ ਜਵਾਬ ਵੀ ਦਿੱਤੇ ਨੇ ਤੇ ਗਾਂ ਨਵੇਂ ਸਵਾਲ ਪੈਦਾ ਕਰ ਦਿੱਤੇ ਨੇ ਉਹ ਕੀ ਨੇ ਥੋੜਾ ਜਿਹਾ ਠੰਡੇ ਦਿਮਾਗ ਦੇ ਨਾਲ ਸੋਚੋਗੇ ਅਗਲਾ ਤੁਹਾਡਾ ਭਿਕ ਜਿਹੜਾ ਹੈ ਕੀ ਹੋਣ ਵਾਲਾ ਏ ਜਾਂ ਤੁਸੀਂ ਕੀ ਸਿਰਜਣਾ ਹੈ ਤੁਹਾਡੀਆਂ ਲਿਖਤਾਂ ਤੁਹਾਡੀ ਬੋਲੀ ਤੁਹਾਡੇ ਹਾਵ ਭਾਵ ਤੁਹਾਡਾ ਜਿਹੜਾ ਕੈਰੈਕਟਰ ਹੈ ਜਾਂ ਤੁਹਾਡਾ ਮੇਲ ਮਲਾਪ ਹੈ ਤੁਹਾਡਾ ਜਿਹੜਾ ਸਹਿਯੋਗ ਏ ਇਹ ਤੈਅ ਕਰੇਗਾ ਪੰਥ ਦਾ ਤੇ ਪੰਜਾਬ ਦਾ ਗੱਲ ਕਰੀਏ ਇਸ ਵੀਡੀਓ ਦੇ ਵਿੱਚ ਕਈਆਂ ਹੋਈਆਂ ਗੱਲਾਂ ਦੀ ਹੁਣ ਬਹੁਤੇ ਬੰਦੇ ਤਾਂ ਕਹਿ ਰਹੇ ਵੀ ਵੀਡੀਓ ਇਹ ਗਲਤ ਏ ਉਹ ਜਿੰਨੇ ਮੂੰਹ ਆਂਦੀਆਂ ਗੱਲਾਂ ਨੇ ਉਹਨਾਂ ਨੂੰ ਸਮਝਾਇਆ ਨਹੀਂ ਜਾ ਸਕਦਾ ਕੱਲਾ ਅਮਰਤਪਾਲ ਨੂੰ ਵੇਖ ਲੈਣਾ ਵੀਡੀਓ ਵਿੱਚ ਜਵਾਬ ਨਹੀਂ ਹੈ ਉਹਦੇ ਕਈਆਂ ਹੋਈਆਂ ਗੱਲਾਂ ਦੇ ਬਾਰੇ ਵੀ ਧਿਆਨ ਦੇਣ ਦੀ ਲੋੜ ਹੈ ਇਸ ਵੀਡੀਓ ਦੇ ਨਾਲ ਸਭ ਤੋਂ ਵੱਡਾ ਤਲਾਸ਼ਾ ਮੈਂ ਸਮਝਦਾ ਹਾਂ ਕਿ ਉਹਦੇ ਮਾਤਾ ਪਿਤਾ ਨੂੰ ਪਰਿਵਾਰ ਵਾਲਿਆਂ ਨੂੰ ਮਿਲਿਆ ਏ ਜਿਹੜੇ ਅਤ ਦੇ ਸਨੇਹੀ ਨੇ ਤੇ ਚਿੰਤਾ ਦੇ ਵਿੱਚ ਲੱਗਦਾ ਨਹੀਂ ਵੀ ਚੰਗੀ ਤਰ੍ਹਾਂ ਰੋਟੀ ਵੀ ਖਾਧੀ ਹੋਵੇਗੀ ਉਹਨਾਂ ਨੂੰ ਰੋਟੀ ਗਲੇ ਦੇ ਹੇਠਾਂ ਚੰਗੀ ਉਤਰ ਗਈ ਹੋਵੇਗੀ ਪੁੱਤਰ ਨੂੰ ਵੇਖ ਕੇ ਬਾਕੀ ਵੀ ਜਿੰਨਾ ਜੰਨਾ ਕੋਈ ਸਨੇਹ ਕਰਦਾ ਹੈ ਸਮਰਥਕ ਹੈ ਖੁਸ਼ ਨੇ ਤੇ ਚਲੋ ਜੋ ਫਵਾਵਾਂ ਫੈਲੀਆਂ ਜਾ ਰਹੀਆਂ ਸਨ ਜਾਂ ਫਲਾਈਆਂ ਜਾ ਰਹੀਆਂ ਸਨ ਵੀ ਉਹ ਦਾ ਇੰਕਾਊਂਟਰ ਕਰ ਦਿੱਤਾ ਜੀ ਉਹ ਰਹਾ ਨਹੀਂ ਜੀ ਉਹ ਪਤਾ ਨਹੀਂ ਹੈ ਕਿਥੇ ਉਹ ਸਾਰਾ ਕੁਝ ਕਲੀਅਰ ਹੋ ਗਿਆ ਏ ਉਹਦੇ ਤੋਂ ਬਾਅਦ ਦੀ ਗੱਲ ਜਿਹੜੀ ਹੁਣ ਸ਼ੁਰੂ ਕਰੀਏ ਉਹ ਇਹ ਹੈ ਕਿ ਇਹਦੇ ਵਿੱਚ ਅਮਰਤਪਾਲ ਸਿੰਘ ਨੇ ਚਾਰ ਗੱਲਾਂ ਜਿਹੜੀਆਂ ਨੇ ਮੁੱਖ ਕੀਤੀਆਂ ਨੇ ਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਨੇ ਵੀ ਚਾਰ ਗੱਲਾਂ ਕਈਆਂ ਨੇ ਆਪੋ ਦੇ ਵਿੱਚ ਕਿੰਨਾ ਕੁ ਮਲਾਪ ਏ ਤਕਰਾਰ ਏ ਇਹਦੇ ਨਾਲ ਹੀ ਜਿਹੜਾ ਸਾਰਾ ਅਗਲਾ ਮੈਦਾਨ ਏ ਅਗਲੀ ਵਿਉਂਤਬੰਦੀ ਏ ਉਹ ਤਿਆਰ ਹੁੰਦੀ ਏ ਗੱਲ ਕਰਾਂ ਪਹਿਲਾ ਬਿਆਨ ਅੰਮ੍ਰਿਤਪਾਲ ਸਿੰਘ ਨੇ ਆਖਿਆ ਵੀ ਮੈਂ ਠੀਕ ਹਾਂ ਮੇਰਾ ਕੋਈ ਬਾਲਵਿੰਗਾ ਨਹੀਂ ਕਰ ਸਕਿਆ ਮੈਂ ਉਸ ਘੇਰੇ ਦੇ ਵਿੱਚੋਂ ਨਿਕਲ ਚੁੱਕਿਆ ਉਹ ਸਾਥ ਤੇ ਨਾਲ ਦੇ ਸਾਥੀ ਵੀ ਮੇਰੇ ਜਿਹੜੇ ਨੇ ਬਹੁਤੇ ਠੀਕ ਨੇ ਤੇ ਅਸੀਂ ਮਹਿਫੂਜ਼ ਹਾਂ ਹੁਣ ਇਹ ਜਿਹੜੀ ਗੱਲ ਹੈ ਇਹ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਵੀ ਆਖਿਆ ਵੀ ਜੇ ਤੇ ਅਮਰਿਤਪਾਲ ਸਿੰਘ ਬਾਹਰ ਗ੍ਰਿਫਤ ਤੋਂ ਬਾਹਰ ਉਹ ਆਪਣੇ ਆਪ ਨੂੰ ਗ੍ਰਿਫਤਾਰੀ ਦੇਵੇ ਪੁਲਿਸ ਦੇ ਸਾਹਮਣੇ ਪੇਸ਼ ਹੋਵੇ ਤਾਂ ਜੋ ਸਾਨੂੰ ਪਤਾ ਲੱਗੇ ਕਿ ਉਹ ਪੁਲਿਸ ਦੇ ਕੋਲ ਹੈ ਤੇ ਸਾਰਾ ਮੀਡੀਆ ਨੂੰ ਭਗੌੜਾ ਭਗੌੜਾ ਕਹਿ ਰਿਹਾ ਤਰਾਂ ਤਰਾਂ ਦੀਆਂ ਫੋਟੋਆਂ ਵੀਡੀਓ ਆ ਰਹੀਆਂ ਸਨ ਪਿਛਲੇ ਸਮੇਂ ਦੇ ਵਿੱਚ ਚਲੋ ਸਾਰਿਆਂ ਨੂੰ ਪਤਾ ਲੱਗਾ ਕਿ ਉਹ ਭਗੌੜਾ ਨਹੀਂ ਹੈ ਤੇ ਨਾ ਉਹ ਗ੍ਰਿਫਤ ਦੇ ਵਿੱਚ ਹੈ ਉਹ ਆਪਣੀ ਮਰਜ਼ੀ ਦੇ ਅਨੁਸਾਰ ਕਿਤੇ ਗੁਪਤਵਾਸ ਹੈ ਕਿਤੇ ਇਕਾਂਤ ਦੇ ਵਿੱਚ ਬੈਠਾ ਹੈ ਜਿਹੜੀ ਮੀਟਿੰਗ ਪਿਛਲੇ ਦਿਨ ਹੋਈ ਉਹਦੇ ਵਿੱਚ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਜਸਬੀਰ ਸਿੰਘ ਜੀ ਰੋਡੇ ਉਹਨਾਂ ਨੇ ਵੀ ਇੱਕ ਗੱਲ ਆਖੀ ਜਿਹੜੀ ਦਾਸ ਦੇ ਮਨ ਦੇ ਵਿੱਚ ਵੀ ਹੈ ਹੋਰ ਵੀ ਜਿਹੜੇ ਸੋਹਿਰਦ ਸਿੱਖ ਨੇ ਭਾਵੇਂ ਬੋਲਣ ਤੋਂ ਡਰਦੇ ਨੇ ਪਰ ਇਹ ਗੱਲ ਸਹੀ ਹੈ ਇਹ ਮੰਨਣਾ ਪਵੇਗਾ ਉਹਨਾਂ ਆਖਿਆ ਵੀ ਜੇ ਅਮਰਤਪਾਲ ਸਿੰਘ ਕਿਤੇ ਬਾਹਰ ਹੈ ਗ੍ਰਿਫਤ ਦੇ ਵਿੱਚ ਨਹੀਂ ਆਇਆ ਇਸ ਥੇ ਦੇ ਉਤੋਂ ਆਪਾਂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਾਂ ਵੀ ਇਦਾਂ ਕਰਦੇ ਆਂਗੇ ਹਕੂਮਤ ਨੂੰ ਸਮਝ ਲੈਣਾ ਚਾਹੀਦਾ ਹੈ ਭੱਜਦਿਆਂ ਨੂੰ ਵਾਹਣ ਕੋ ਜਏ ਨੇ ਇਹਨਾਂ ਨੂੰ ਹੱਥ ਨਹੀਂ ਲੱਗੇ ਅਜੇ ਜਾਂ ਹੋਰ ਇੱਕ ਗੱਲਾਂ ਜਿਹੜੀਆਂ ਆਪਾਂ ਕਰਦੇ ਸਾਂ ਵੀ ਅੱਖਾਂ-ਜੱਖਾਂ ਪਾ ਕੇ ਮੈਂ ਭੱਜਣਾ ਨਹੀਂ ਮੈਂ ਗ੍ਰਿਫਤਾਰੀ ਦੇਣੀ ਹੈ ਇਹ ਗੱਲਾਂ ਦੇ ਮੁਤਾਬਕ ਇਹਨੂੰ ਭੱਜਣਾ ਨਹੀਂ ਸੀ ਚਾਹੀਦਾ ਜਾਂ ਗੁਪਤਵਾਸ ਨਹੀਂ ਹੋਣਾ ਚਾਹੀਦਾ ਜੇ ਪੁਲਿਸ ਲੱਭਦੀ ਏ ਸਰਕਾਰਾਂ ਲੱਭਦੀਆਂ ਨੇ ਵੀ ਇਹਨੂੰ ਗ੍ਰਿਫਤਾਰ ਕਰੀਏ ਤੇ ਉਹਨੂੰ ਗ੍ਰਿਫਤਾਰੀ ਬੜੇ ਮਾਣ ਦੇ ਨਾਲ ਸ਼ਾਨਨਾ ਦੇਣੀ ਚਾਹੀਦੀ ਹੈ। ਉਹਦੇ ਤੋਂ ਬਾਅਦ ਇਹ ਸ੍ਰੀ ਅਕਾਲਤਖ ਸਾਹਿਬ ਤੋਂ ਅਗਲੀ ਜਿਹੜੀ ਕੋਈ ਪੈਰਵਾਹੀ ਹੋ ਕੀਤੀ ਜਾ ਸਕਦੀ ਹੈ। ਤੇ ਗਿਆਨੀ ਹਰਪ੍ਰੀਤ ਸੋਣਾ ਦਾ ਬਿਆਨ ਵੀ ਆਇਆ ਵੀ ਉਹ ਆਪਣੇ ਆਪ ਨੂੰ ਗ੍ਰਿਫਤਾਰੀ ਦੇਵੇ। ਤੇ ਅਮਰਤਪਾਲ ਸਿੰਘ ਨੇ ਵੀ ਨਵੀਂ ਵੀਡੀਓ ਵਿੱਚ ਆਖਿਆ ਵੀ ਸ੍ਰੀ ਅਕਾਲਤਖ ਸਾਹਿਬ ਦੇ ਜਥੇਦਾਰ ਦੀ ਗਵਾਹੀ ਦੇ ਵਿੱਚ ਚੱਲੋ। ਤੇ ਫਿਰ ਕੀ ਇਹ ਉਹਦੀ ਗੱਲ ਮੰਨਣਗੇ ਵੀ ਆਪਣੀ ਗ੍ਰਿਫਤਾਰੀ ਦੇਣਗੇ ਕਿ ਨਹੀਂ? ਇਹ ਨਾਲ ਦੇ ਸਾਥੀ ਤੇ ਅਮਰਤਪਾਲ ਸਿੰਘ ਇਹ ਆਪਣੇ ਆਪ ਦੇ ਵਿੱਚ ਸਵਾਲ ਹੈ ਦੂਸਰਾ ਉਹਨਾਂ ਜਿਹੜੀ ਗੱਲ ਆਖੀ ਏ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕਿ 24 ਘੰਟਿਆਂ ਦੇ ਵਿੱਚ ਜਿਹੜੇ ਸਾਡੇ ਜਿੰਨੇ ਸਿੰਘ ਨੇ ਮੁੰਡੇ ਨੇ ਸਾਰੇ ਰਿਹਾ ਕਰੋ ਨਹੀਂ ਤੇ ਫਿਰ ਜਿਹੜਾ ਵੱਡਾ ਕੋਈ ਐਕਸ਼ਨ ਲਿਆ ਜਾਵੇਗਾ ਤੇ ਉਹ ਵੱਡਾ ਐਕਸ਼ਨ ਸੀ ਵੀ ਪਿੰਡ-ਪਿੰਡੇ ਜਾ ਕੇ ਵਹੀਰ ਕੱਢਾਂਗੇ ਜਾਗਰੂਕ ਕਰਾਂਗੇ ਲੋਕਾਂ ਨੂੰ ਮੁੰਡਿਆਂ ਨੂੰ ਨਸ਼ਿਆਂ ਤੋਂ ਬਚਾਵਾਂਗੇ ਤੇ ਅੰਮ੍ਰਿਤ ਪਾਣ ਕਰਾ ਕੇ ਲੋਕਾਂ ਨੂੰ ਜਾਗਰੂਕ ਕਰਾਂਗੇ ਵੀ ਅਸੀਂ ਗੁਲਾਮ ਹਾਂ ਤੇ ਸਾਡੇ ਨਾਲ ਧੱਕਾ ਹੋ ਰਿਹਾ ਏ। ਅਮਰਤਪਾਲ ਸਿੰਘ ਦੀ ਵੀਡੀਓ ਜਿੱਥੋਂ ਤੱਕ ਮੈਂ ਸੁਣੀ ਏ ਉਹਦੇ ਇਹ ਗੱਲ ਆਖੀ ਏ ਕਿ ਵਹਿਸ਼ੀਰ ਕੱਢਣ ਦੀ ਬਜਾਏ ਲੋਕੀ ਪਹਿਲਾਂ ਹੀ ਬੜੇ ਸੁਚੇਤ ਨੇ, ਜਾਗਰੂਕ ਨੇ। ਹਕੂਮਤ ਦੇ ਧੱਕੇ ਤੋਂ ਸੁਚੇਤ ਨੇ ਤੇ ਤੁਸੀਂ ਸਰਬੱਤ ਖਾਲਸਾ ਕਰੋ। ਸਾਰੀਆਂ ਸੰਪਰਦਾਵਾਂ ਸਾਰੇ ਸਿੱਖ ਜਿਹੜੇ ਨੇ ਸਜੋ ਕਰੋ। ਇਹ 3-4 ਗੱਲਾਂ ਜਿਹੜੀਆਂ ਨੇ ਅਮਰਤਪਾਲ ਸਿੰਘ ਨੇ ਆਖੀਆਂ ਨੇ। ਗੱਲ ਕਰੀਏ ਸਿੰਘ ਸਾਹਿਬ ਦਾ ਜਿਹੜਾ ਇਹ ਬਿਆਨ ਹੈ ਜਾਂ ਐਲਾਨ ਸੀ ਵਹਿਰ ਕੱਢਣ ਵਾਲਾ ਇਹਨੂੰ ਅੰਮ੍ਰਿਤਪਾਲ ਸਿੰਘ ਨੇ ਵੀ ਆਖਿਆ ਵੀ ਇਹ ਠੀਕ ਨਹੀਂ ਤੁਸੀਂ ਸਰਬੱਤ ਖਾਲਸਾ ਕਰਕੇ ਵੱਡਾ ਪ੍ਰੋਗਰਾਮ ਦਿਓ ਤੇ ਦਾਸ ਵੀ ਇਸ ਗੱਲ ਨਾਲ ਸਹਿਮਤ ਹੈ ਵੀ ਪਿੰਡ ਦੇ ਵਿੱਚ ਵਹਿਰ ਕੱਢਣ ਦੇ ਨਾਲ ਕੋਈ ਗੱਲ ਦਾ ਮਸਲਾ ਹੱਲ ਨਹੀਂ ਐਨਐਸਏ ਨਹੀਂ ਹਟਣੀ ਪ੍ਰਚਾਰ ਕਰਨ ਦੇ ਨਾਲ ਤੁਹਾਡੇ ਕੈਦੀ ਕੀਤੇ ਸਿੰਘ ਬਾਹਰ ਨਹੀਂ ਆਉਣੇ ਇਹਦਾ ਮਤਲਬ ਇਹ ਨਹੀਂ ਵੀ ਭੜਕਾਊ ਬਿਆਨ ਦੇ ਕੇ ਜਾਂ ਇਹੋ ਜਿਹਾ ਕੁਝ ਕਰਕੇ ਪੰਜਾਬ ਦੇ ਵਿੱਚ ਅੱਗ ਲਾ ਦਿਓ ਬਿਲਕੁਲ ਨਹੀਂ ਪਰ ਇਹ ਵੀ ਕੋਈ ਮਸਲੇ ਦਾ ਹੱਲ ਨਹੀਂ ਹੈ ਪ੍ਰਚਾਰ ਤਾਂ ਪਹਿਲਾਂ ਵੀ ਬਹੁਤ ਹੋ ਰਿਹਾ ਹੈ ਬੱਚੇ-ਬੱਚੇ ਨੂੰ ਪਤਾ ਲੱਗ ਚੁੱਕਿਆ ਵੀ ਪੰਜਾਬ 'ਚ ਚੱਲ ਕੀ ਰਿਹਾ ਹੈ ਪੰਜਾਬ ਦੀ ਤਾਂ ਗੱਲ ਛੱਡੋ ਪੰਜਾਬ ਤੋਂ ਬਾਹਰ ਦੇਸ਼ਾਂ-ਵਿਦੇਸ਼ਾਂ 'ਚ ਪਤਾ ਲੱਗ ਗਿਆ ਵੀ ਪੰਜਾਬ ਦਾ ਮਾਹੌਲ ਕੀ ਹੈ ਲੋਕੀ ਬਹੁਤ ਜਾਗਰੂਕ ਨੇ ਤੇ ਗੱਲ ਕਰਦੇ ਸਾਂ ਵੀ ਜੇ ਅਸੀਂ ਆਨੇ ਆ ਵੀ ਅਸੀਂ ਹਕੂਮਤ ਨਾਲ ਮਤਲਬ ਲਵਣਾ ਹੈ ਜਾਂ ਹੋਰ ਕਈ ਤਰ੍ਹਾਂ ਦੇ ਵਿਚਾਰ ਵਿਰੋਧੀ ਧਿਰ ਵਾਲੇ ਵੀ ਕਰਦੇ ਨੇ ਉਹ ਈਰਖਾबाजी ਵਿੱਚ ਕਰਦੇ ਨੇ ਜਾਂ ਵਿਰੋਧ ਦੇ ਵਿੱਚ ਕਰਦੇ ਨੇ ਪਰ ਹੈ ਤਾਂ ਅੰਮ੍ਰਿਤਪਾਲ ਸਿੰਘ ਆਪਣੇ ਸਿੱਖ ਭਰਾ ਹੀ ਹੈ ਪਰਿਵਾਰ ਦਾ ਹਿੱਸਾ ਹੀ ਹੈ ਜੇ ਕੋ ਕਾੜੀ ਕਰੇ ਗਲਤੀ ਕਰੇ ਭਰਾ ਭੈਣ ਤੇ ਉਹਨੂੰ ਸਮਝਾਇਆ ਜਾ ਸਕਦਾ ਏ ਤੇ ਦਾਸਵੰਦ ਵੀ ਇਹੀ ਬੇਨਤੀ ਏ ਹੋਰ ਸ਼ਹੀਦਰ ਸਿੱਖ ਵੀ ਇਹੀ ਕਹਿਣਗੇ ਤੇ ਵੱਡਿਆਂ ਨੇ ਜਿਹੜੇ ਜਥੇਦਾਰ ਨੇ ਜਾਂ ਸਿਆਣੇ ਪੁਰਸ਼ ਨੇ ਬਹੁਤ ਬਰ ਬੰਦੇ ਨੇ ਉਹਨਾਂ ਨੇ ਵੀ ਇਹੀ ਗੱਲ ਆਖੀ ਏ ਕਿ ਭਾਈ ਆਪਣੀ ਗ੍ਰਿਫਤਾਰੀ ਦਿਓ ਕਾਨੂੰਨ ਦੇ ਹਿਸਾਬ ਦੇ ਨਾਲ ਅਗਲੀ ਕਾਰਵਾਈ ਤੁਹਾਡੀ ਕੀਤੀ ਜਾ ਸਕਦੀ ਏ ਕਿਉਂਕਿ ਇਹਦੇ ਵਿੱਚ ਹੀ ਫਾਇਦਾ ਹੈ ਕਟੋ ਕੱਟ ਸੰਗਤਾਂ ਨੂੰ ਇਹ ਤਾਂ ਪਤਾ ਹੋਵੇਗਾ ਨਾ ਵੀ ਅਮਰਤਪਾਲ ਸਿੰਘ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਤੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਏ ਵੀ ਉਹਨੂੰ ਕਿਵੇਂ ਰੱਖਣਾ ਹੈ ਤੇ ਜੇ ਅਸੀਂ ਬਾਹਰ ਆ ਗਏ ਪੁਲਿਸ ਦੇ ਕੋਲ ਵੀ ਨਹੀਂ ਤੇ ਸਿੱਖ ਸੰਗਤਾਂ ਫਿਰ ਦੁਬਿਧਾ ਦੇ ਵਿੱਚ ਆਉਣਗੀਆਂ ਆਪਾਂ ਕਿੰਨੀਆਂ ਕਿ ਵੀਡੀਓ ਪਾ ਕੇ ਆਪਣਾ ਜਿਹੜਾ ਪੱਖ ਹੈ ਸੰਗਤਾਂ ਸਾਹਮਣੇ ਰੱਖਾਂਗੇ ਨਹੀਂ ਰੱਖ ਸਕਦੇ ਜਾਂ ਤਾਂ ਪੁਲਿਸ ਨੂੰ ਪਤਾ ਹੈ ਸਾਰਾ ਕੁਝ ਵੀ ਕਿੱਥੇ ਹੈ ਇਹ ਜਾਣ ਬੁੱਝ ਕੇ ਢਿੱਲ ਦਿੱਤੀ ਜਾ ਰਹੀ ਏ ਬਾਕੀ ਅਕਾਲ ਪੁਰਖ ਵੈਖ ਰੂ ਜਾਣੇ ਤੇ ਬਾਹਰ ਰਹਿਣ ਦੇ ਨਾਲ ਨੁਕਸਾਨ ਵੀ ਹੈ ਸਹਿਮ ਵੀ ਹੈ ਤੇ ਦੁਬਧਾ ਵੀ ਹੈ ਜਿਹੜੀ ਪੰਥ ਦੇ ਵਿੱਚ ਪਈ ਪਿਛਲੇ ਦਿਨਾਂ ਤੋਂ ਤੇ ਹੋਰ ਵਧੇਗੀ ਤੇ ਬਾਹਰ ਰਹਿਣਾ ਕਿਸੇ ਵੀ ਕਿਸੇ ਤਰੀਕੇ ਦੇ ਨਾਲ ਸਹੀ ਨਹੀਂ ਇਹ ਸਾਰੇ ਇਸ ਗੱਲ ਨੂੰ ਆਖਣਗੇ ਪਰਿਵਾਰ ਵਾਲੇ ਵੀ ਆਖਰੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਜੀ ਦਾ ਵੀ ਬਿਆਨ ਆਇਆ ਇਹ ਪੁੱਤਰ ਜੇ ਬਾਹਰ ਹੈ ਤੇ ਆਪਣੀ ਗ੍ਰਿਫਤਾਰੀ ਦੇਵੇ ਅਸੀਂ ਕਾਨੂੰਨੀ ਲੜਾਈ ਲੜਾਂਗੇ ਸੋ ਸਾਰੇ ਇਹ ਗੱਲ ਕਹਿ ਰਹੇ ਨੇ ਤੇ ਲੋੜ ਹੈ ਗ੍ਰਿਫਤਾਰੀ ਦੇਣ ਦੀ ਜਿਵੇਂ ਉਹਦੇ ਚਾਚਾ ਜੀ ਨੇ ਦਿੱਤੀ ਜੇ ਸ਼ਾਨ ਦੇ ਨਾਲ ਗ੍ਰਿਫਤਾਰੀ ਦਿਓ ਜੇ ਅਸੀਂ ਜਾਂਦੇ ਰਹੇ ਆ ਵੀ ਗ੍ਰਿਫਤਾਰ ਮੈਨੂੰ ਕਰ ਲਵੇ ਮੈਂ ਦੇਾਂਗਾ ਬਿਲਕੁਲ ਤੇ ਗ੍ਰਿਫਤਾਰੀ ਦੇਣ ਦੇ ਨਾਲ ਇਹ ਨਹੀਂ ਵੀ ਅਸੀਂ ਸਾਰੀ ਉਮਰ ਵਾਸਤੇ ਬੰਦ ਹੋ ਜਾਣਾ ਹੈ ਦੇ ਸਿੱਖ ਸੰਗਤਾਂ ਦੇ ਸਾਨੂੰ ਵਿਸ਼ਵਾਸ ਹੈ ਪੰਥ ਤੇ ਵਿਸ਼ਵਾਸ ਹੈ ਸ੍ਰੀ ਅਕਾਲ ਤਖਤ ਸਾਹਿਬ ਤੇ ਭਰੋਸਾ ਰੱਖ ਕੇ ਅਸੀਂ ਸਰਬੱਤ ਖਾਲਸੇ ਦੀ ਮੰਗ ਕਰ ਰਹੇ ਹਾਂ ਇਹ ਅਮਰਤਪਾਲ ਸਿੰਘ ਹੁਣਾਂ ਨੂੰ ਜੀ ਯਕੀਨ ਹੈ ਕਿ ਸਿੱਖ ਸੰਗਤਾਂ ਨਾਲ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਪੈਰਵਾਈ ਕੀਤੀ ਜਾਵੇਗੀ ਤੇ ਜ਼ਰੂਰ ਗ੍ਰਿਫਤਾਰੀ ਦੇਣੀ ਚਾਹੀਦੀ ਹੈ ਦਾਸ ਦਾ ਵੀ ਇਹ ਨਿੱਜੀ ਵਿਚਾਰ ਹੈ ਬਾਹਰ ਰਹਿਣਾ ਖਤਰੇ ਤੋਂ ਖਾਲੀ ਨਹੀਂ ਅੱਜ ਨਹੀਂ ਤਾਂ ਕੱਲ ਥੋੜੇ ਜਣਾਂ ਨੂੰ ਗ੍ਰਿਫਤਾਰ ਤੁਹਾਨੂੰ ਕਰ ਹੀ ਲੈਣਾ ਹੈ ਤੁਹਾਨੂੰ ਛੱਡਣਗੇ ਨਹੀਂ ਤੇ ਜੇ ਜੋਤੀ ਗੱਲ ਕੀਤੀ ਹੈ ਸਰਬਤ ਖਾਲਸਾ ਸਦਨ ਹੈ ਜੀ ਕਿ ਸਰਬਤ ਖਾਲਸਾ ਸਦਿਆ ਜਾਵੇ ਤੇ ਕਾਮੀ ਮਸਲੇ ਜਿਹੜੇ ਨੇ ਛੋਟੇ ਛੋਟੇ ਹਿੱਸਿਆਂ ਵਿੱਚ ਮੋਰਚਿਆਂ ਚ ਅਸੀਂ ਲਾ ਰਹੇ ਆ ਮੰਗ ਕਰ ਰਹੇ ਆ ਇੱਕ ਜਗ੍ਹਾ ਇਕੱਠੇ ਹੋ ਕੇ ਸਾਰਾ ਇਨਸਾਫ ਜਿਹੜਾ ਕੀਤਾ ਜਾਵੇ ਮੰਗ ਕੀਤੀ ਜਾਵੇ ਤੇ ਕਾਮ ਨੂੰ ਸਹੀ ਸੇਹ ਦਿੱਤੀ ਜਾਵੇ ਇਹ ਵੀਡੀਓ ਕਾਫੀ ਲੰਬੀ ਹੋ ਗਈ ਏ ਇਹਦੇ ਬਾਰੇ ਮੈਂ ਅਗਲੀ ਵੀਡੀਓ ਵਿੱਚ ਆਪ ਜੀ ਨੂੰ ਬੇਨਤੀ ਕਰਾਂਗਾ ਖੁੱਲ ਕੇ ਦੱਸਾਂਗਾ ਵੀ ਸਾਰਾ ਕਿਵੇਂ ਸਰਬਤ ਖਾਲਸੇ ਦਾ ਜਿਹੜਾ ਮਸਲਾ ਹੈ ਇਹ ਉਠਿਆ ਹੈ ਇਹ ਕਰਨਾ ਜਾਇਜ ਜੇ ਹੋਵੇਗਾ ਜਾਂ ਨਹੀਂ ਜੇ ਹੁੰਦਾ ਏ ਤੇ ਇਹਦੇ ਨਤੀਜੇ ਕੀ ਨੇ ਇਹ ਤਿੰਨ ਚਾਰ ਗੱਲਾਂ ਸਾਹਮਣੇ ਨਿਕਲ ਕੇ ਆਉਣਗੀਆਂ ਜਿਹਦੇ ਬਾਰੇ ਸਾਨੂੰ ਪਤਾ ਹੋਣਾ ਜ਼ਰੂਰੀ ਏ ਅੱਗੇ ਜੋ ਕਰਨਾ ਹੈ ਉਹ ਕਾਲ ਪ੍ਰਖਵਹਿਰੂ ਜੀ ਜਾਣਦੇ ਨੇ ਅਮਰਤਪਾਲ ਸਿੰਘ ਨੇ ਆਪਣੀ ਵੀਡੀਓ ਵਿੱਚ ਗ੍ਰਿਫਤਾਰੀ ਦੇਣ ਬਾਰੇ ਕੋਈ ਗੱਲ ਨਹੀਂ ਆਖੀ ਚੰਗਾ ਹੁੰਦਾ ਜੇ ਸਮਾਂ ਮਿੱਥ ਕੇ ਜਾਂ ਕੋਈ ਬਿਆਨ ਦੇ ਕੇ ਆਂਦਾ ਮੈਂ ਗ੍ਰਿਫਤਾਰ ਹੋਣਾ ਹੈ ਤੇ ਉਹ ਬੜੇ ਉਹਦੇ ਭਲੇ ਹਿੱਤ ਤੇ ਸਾਰੀ ਕੌਮ ਦੇ ਭਲੇ ਹਿੱਤ ਸਹੀ ਵੀ ਸਾਰਿਆਂ ਦੀ ਚਿੰਤਾ ਮੁੱਕ ਜਾਂਦੀ ਕਿਉਂਕਿ ਦੁਬਦਾ ਜਿਹੜੀ ਏ ਇਹ ਬੜਾ ਨੁਕਸਾਨ ਕਰਾ ਸਕਦੀ ਏ ਇਸ ਵੀਡੀਓ ਦੇ ਵਿੱਚ ਕਈਆਂ ਹੋਈਆਂ ਗੱਲਾਂ ਵੀ ਬਹੁਤਿਆਂ ਨੂੰ ਭਾਵੇਂ ਚੰਗੀਆਂ ਨਾ ਲੱਗਣ ਪਰ ਇਹ ਸਚਾਈ ਹੈ ਮਥੇ ਉਤੇ ਹੱਥ ਮਾਰ ਕੇ ਥੋੜਾ ਜਿਹਾ ਮੱਥਾ ਟਣਕਾ ਕੇ ਗੱਲ ਨੂੰ ਸਮਝੋਗੇ ਜਿੱਥੋਂ ਕੇ ਤੇ ਸਮਝ ਆਵੇਗੀ ਤੇ ਜਰੂਰ ਜਿਨ੍ਹਾਂ ਦੇ ਮਨ ਦੇ ਵਿੱਚ ਕੌਮ ਪ੍ਰਤੀ ਪੰਥ ਦੇ ਪ੍ਰਤੀ ਪਿਆਰ ਹੈ ਉਹ ਜਰੂਰ ਭਾਈ ਗੁਰਮਤ ਦੇ ਅਨੁਸਾਰ ਬੋਲੋ ਦਰਨ ਦੀ ਲੋੜ ਨਹੀਂ ਕਿਸੇ ਪੱਖ ਰੱਖਣ ਦੀ ਲੋੜ ਨਹੀਂ ਗੁਰਮਤ ਦਾ ਸਹੀ ਪੱਖ ਰੱਖੋ ਤਾਂ ਜੋ ਤੁਹਾਡੇ ਦਿੱਤੇ ਹੇ ਵਿਚਾਰਾਂ ਦੇ ਨਾਲ ਨੌਜਵਾਨ ਵੀਰਾਂ ਭੈਣਾਂ ਨੂੰ ਸੰਗਤਾਂ ਨੂੰ ਦੋਸਤੋ ਗਿਆਨੀ ਗੁਰਪ੍ਰੀਤ ਸਿੰਘ ਨੇ ਗੱਲਾਂ ਤੇ ਵਾਕਈ ਸੱਚੀਆਂ ਬੜੀਆਂ ਤੇ ਕੋੜੀਆਂ ਗੱਲਾਂ ਕੀਤੀਆਂ ਮੈਂ ਖਰੀਆਂ ਗੱਲਾਂ ਕੀਤੀਆਂ ਮੈਂ ਕਿ ਭਾਈ ਅਮਰਦਪਾਲ ਸਿੰਘ ਨੇ ਗੱਲਾਂ ਵਾਕਈ ਵੱਡੇ ਵੱਡੇ ਬਿਆਨ ਦਿੱਤੇ ਸੀ ਕਿ ਇਹ ਦੌੜਦੇ ਹੁਣ ਬਾਣੇ ਕੋਈ ਭਜਨਾ ਨਹੀਂ ਤੇ ਭਾਈ ਅਮਰਦਪਾਲ ਸਿੰਘ ਨੂੰ ਚਾਹੀਦਾ ਵਾ ਕੋ ਗ੍ਰਿਫਤਾਰੀ ਦੇਣ لیکن ایک 21 ਇਹ ਨਾ ਕਿ ਹਰ ਇੱਕ ਦੀ ਰਣਨੀਤੀ ਹੁੰਦੀ ਹੈ ਭਾਈ ਅਮਰਪਾਲ ਸਿੰਘ ਦੀ ਵੀ ਕੋਈ ਰਣਨੀਤੀ ਹੋਏਗੀ ਕੋਈ ਉਹਨਾਂ ਦਾ ਦਿਮਾਗ ਚੋ ਜਾ ਪਲਾਨ ਹੋਏਗਾ ਕਿ ਜਿਹਦੇ ਮੁਤਾਬਕ ਉਹ ਚੱਲਣ ਦੇ ਹੋਣਗੇ ਲੇਕਿਨ ਅਗਰ ਉਹ ਗ੍ਰਿਫਤਾਰੀ ਦੇ ਦਿੰਦੇ ਐ ਤੇ ਇਹ ਉਹਨਾਂ ਵਾਸਤੇ ਬੜਾ ਬਿਹਤਰ ਹੋਏਗਾ ਕਿਉਂਕਿ ਪੁਲਿਸ ਦੀ ਹਿਰਾਸਤ ਦੇ ਵਿੱਚ ਆ ਜਾਂਦੇ ਐ ਆਣ ਕੇ ਫਿਰ ਉਹਨਾਂ ਦੀ ਜਾਨ ਨੂੰ ਕਿਸੇ ਤਰ੍ਹਾਂ ਦਾ ਖਤਰਾ ਨਹੀਂ ਹੈ ਹੁਣ ਉਹਨਾਂ ਨੂੰ ਜਾਨ ਨੂੰ ਜ਼ਿਆਦਾ ਖਤਰਾ ਹੋਵੇ ਕੋਈ ਮਸਲਾ ਵੀ ਬਣ ਸਕਦਾ ਹੈ ਕਿਉਂਕਿ ਇਸ ਟਾਈਮ ਨਾ ਪੁਲਿਸ ਦੀ ਹਿਰਾਸਤ ਦੇ ਵਿੱਚ ਹੈਗੇ ਆ ਤੇ ਨਾ ਹੀ ਉਹ ਕਿਸੇ ਸੇਫ ਜਗ੍ਹਾ ਤੇ ਹੈਗੇ ਆ ਇਸ ਕਰਕੇ ਉਹਨੂੰ ਚਾਹੀਦਾ ਵਾ ਕੋਈ ਆਪਣੀ ਵੀਡੀਓ ਪਾਉਣ ਤੇ ਪਾ ਕੇ ਆਪਣੀ ਗ੍ਰਿਫਤਾਰੀ ਦੇ ਦੇ ਤਾਂ ਕਿ ਜਿਹੜੇ ਸਭ ਦੇ ਸਾਰਿਆਂ ਨੂੰ ਪਤਾ ਤਾਂ ਲੱਗ ਜਾਏਗਾ ਪੁਲਿਸ ਕੋਲ ਹੈਗੇ ਉਹਨਾਂ ਦੀ ਜਾਨ ਦੀ ਫਿਰ ਹਫਾਜ਼ਤ ਕਰਨਾ ਉਹਦੀ ਪੁਲਿਸ ਹੈਗੀ ਹੈ ਉਹਦੀ ਜ਼ਿੰਮੇਵਾਰੀ ਹੋ ਜਾਏਗੀ ਜਿਸ ਤਰ੍ਹਾਂ ਕਿ ਇਸ ਤੋਂ ਪਹਿਲੇ ਦੀਪ ਸਿੱਧੂ ਭਾਈ ਦੀਪ ਸਿੱਧੂ ਸੀ ਉਹਨਾਂ ਦਾ ਐਕਸੀਡੈਂਟ ਕਰਾ ਦਿੱਤਾ ਗਿਆ ਸੀ ਇਸ ਤਰ੍ਹਾਂ ਅਗਰ ਕੋਈ ਵੀ ਏਜੰਸੀਆਂ ਕੋਈ ਕੰਮ ਕਰਾਉਣਾ ਚਾਹੁੰਦੇ ਉਹ ਭਾਈ ਅਮਰਿਤਪਾਲ ਸਿੰਘ ਦੇ ਨਾਲ ਕਰਵਾ ਸਕਦੀਆਂ ਹਨ ਤੇ ਗਿਆਨੀ ਗੁਰਪ੍ਰੀਤ ਸਿੰਘ ਦੀ ਇਹੀ ਰਾਏ ਹੈ ਤੇ ਜ਼ਥੇਦਾਰ ਜਿਹੜੇ ਹੈ ਉਨਾ ਦੀ ਵੀ ਇਹੀ رائے ਹੈ ਕਿ ਭਾਈ ਅਮਰਪਾਲ ਸਿੰਘ ਨੂੰ ਆਪਣੀ ਗ੍ਰਿਫਤਾਰੀ ਦੇ ਦੇਣੀ ਚਾਹੀਦੀ ਹੈ ਤਾਂ ਕਿ ਫਿਰ ਉਹਨਾਂ ਦੇ ਜਿਹੜੀ ਬਾਕੀ ਸਿੱਖੀ ਹੈ ਸਾਰੇ ਉਹਨਾਂ ਦੇ ਖਿਲਾਫ ਜਿਹੜੀ ਹੈ ਉਹ ਜੰਗ ਲੜ ਸਕਣ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਉਹ ਫਿਰ ਆਪਣਾ ਅੱਗੇ ਜਿਹੜਾ ਆਪਣਾ ਨਵਾਂ ਜਿਹੜਾ ਹਕਮਤ ਅਮਲੀ ਹੈ ਉਹਦੇ ਤੇ ਅਮਲ ਪੈਰਾ ਹੋਣਾ ਇਸ ਤਰ੍ਹਾਂ ਕੁਝ ਵੀ ਨਹੀਂ ਹੋ ਸਕਦਾ ਤੇ ਗਿਆਨੀ ਗੁਰਪ੍ਰੀਤ ਸਿੰਘ ਨੇ ਬਿਲਕੁਲ ਹੱਕ ਤੇ ਸੱਚ ਤੇ ਬੜੀਆਂ ਕੜਵੀਆਂ ਗੱਲਾਂ ਕੀਤੀਆਂ ਮੈਂ ਲੇਕਿਨ ਗੱਲਾਂ ਉਹਨਾਂ ਦੀਆਂ ਸਿੱਧੀਆਂ ਤੇ ਖਰੀਆਂ ਆਮੈਂ ਤੇ ਮੈਨੂੰ ਤਾਂ ਇਹ ਗੱਲਾਂ ਬੜੀਆਂ ਵਧੀਆ ਲੱਗੀਆਂ ਵਾ ਤੁਹਾਨੂੰ ਇਹ ਗੱਲਾਂ ਕਿਸ ਤਰ੍ਹਾਂ ਦੀ ਲੱਗੀਆਂ ਕਮੈਂਟ ਕਰਕੇ ਆਪਣੀ ਰਾਏ ਤੋਂ ਲਾਜ਼ਮੀ ਕਰਨਾ